मंदबुद्धी बच्चों वालों अमृतसर दे विच खोलिया कैफे। बेहिमते हुंदे ने ओ लोग जो शिकवा करन मुकद्दरां दा, उगन वाले उग जांदे ने पाड़ के सीना पत्थरां दा। अज इह कहानी मंदबुद्धी बच्चों ते ढुकदी हुई दिखाई दित्ती। जी हाँ, अमृतसर दे विच मंदबुद्धी बच्चों वालों एक कैफे खोलिया गया अते मेहनत करके अपने जीवन की शुरुआत की गई। पत्रकारां नाल गलबात करदिआं मंदबुद्धी नौजवान ने दस्सिआ है कि असीं अज अमृतसर दे विच काफ़ी कुछ अजिहा कीता है अते लोकां नूं अपील करदे हाँ, हर व्यक्ति नूं किरत करके अपना जीवन वधिया जीवन बतीत करना चाहीदा है। दूजे पासे उत्थे पहुंचे सरबजीत सिंह सोनू जंडियाला ने पत्रकारां नाल गलबात करदिआं दस्सिआ है कि अज मंदबुद्धी बच्चों वल्लों कैफे खोलिया गया है अते लोकां नूं इन्हां दा साथ देना चाहीदा है। अते ढोकड़ा, सैलिबस, कॉफी, मसाला चाय ये चीज़ बनाते हैं। लोगों को की अपील करना चाहते हैं, जिहड़े वीडियो देखते हैं की संदेश देना चाहते हैं, ਰੱਬੀ ਰੂਹਾਂ ਮਾਂ ਜੀ, ਤੁਸੀਂ ਇਹਨਾਂ ਨੂੰ ਆ ਕੇ ਇੱਕ ਵਾਰੀ ਮਿਲੋ, ਪਤਾ ਲੱਗੂਗਾ ਫਿਰ ਕਿਹੜਾ ਪਰਮਾਤਮਾ ਵੱਸਦਾ ਇਹਨਾਂ 'ਚ ਤੇ ਇਹਨਾਂ ਰੱਬੀ ਰੂਹਾਂ ਨੂੰ ਮਿਲਣ ਦੇ ਲਈ ਆਏ ਆ ਤੇ ਸਾਰੇ ਮੇਰੇ ਵੀਰ ਇੱਥੇ ਜ਼ਰੂਰ ਆਓ। ਮੈਂ ਸਰਬਜੀਤ ਸਿੰਘ ਸੋਨੂ ਜੰਡਿਆਲਾ, ਅੱਜ ਅੰਮ੍ਰਿਤਸਰ ਦੇ ਅਲਫਾ ਵਨ ਮੋਲ ਦੇ ਵਿੱਚ ਰਿਲਾਇੰਸ ਸਟੋਰ ਦੇ ਨਾਲ ਹੀ ਮਿੱਟੀ ਕੈਫੇ ਆ, ਜਿੱਥੇ ਮੈਨੂੰ ਆ ਕੇ ਬੜੀ ਖੁਸ਼ੀ ਹੋਈ ਕਿ ਇਹਨਾਂ ਬੱਚਿਆਂ ਦਾ ਜਜ਼ਬਾ ਵੇਖ ਕੇ ਇਹ ਕੈਫੇ ਚਲਾ ਰਹੇ ਆ। ਜਿਸ ਤਰ੍ਹਾਂ ਬੜੀ ਮਨ ਨੂੰ ਖੁਸ਼ੀ ਹੋਈ ਕਿ ਮੇਰੇ ਕੋਲ ਲਫ਼ਜ਼ ਹੀ ਨਹੀਂ ਹੈਗੇ ਅਤੇ ਮੈਂ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਦੇ ਸਮੂਹ ਸਾਰੇ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਇੱਕ ਵਾਰ ਇੱਥੇ ਜ਼ਰੂਰ ਵਿਜ਼ਿਟ ਕਰੋ। ਇਹਨਾਂ ਬੱਚਿਆਂ ਦੀ ਹੌਸਲਾ ਬਚਾਈ ਦੇ ਨੇ, ਕਿਉਂਕਿ ਇਹਨਾਂ ਬੱਚਿਆਂ ਦਾ ਪਿਆਰ, ਜਿਹੜੀਆਂ ਚੀਜ਼ਾਂ ਮੁੱਲ ਨਹੀਂ ਮਿਲਦੀਆਂ ਉਹ ਪਿਆਰ ਇੱਥੇ ਜਦੋਂ ਆ ਕੇ ਮਿਲਦਾ ਫਿਰ ਪਤਾ ਲੱਗਦਾ ਹੈ ਅਤੇ ਮਨ ਨੂੰ ਬਹੁਤ ਖੁਸ਼ੀ ਹੁੰਦੀ ਹੈ। ਅਸੀਂ ਗੁਰੂ ਘਰ ਜਾਂਦੇ ਹਾਂ ਕਿ ਸਾਨੂੰ ਗੁਰੂ ਸਾਹਿਬ ਸਕੂਨ ਮਿਲੇ, ਕਿਉਂਕਿ ਦੁਨੀਆ ਅੱਜ ਤੁਸੀਂ ਵੇਖਿਆ ਵਾ ਵੀ ਕਿੱਦਾਂ ਦਾ ਮਾਹੌਲ ਬਣਿਆ ਪਿਆ ਬਾਹਰ। ਅਤੇ ਜੇ ਕਿਸੇ ਨੇ ਜ਼ਿੰਦਗੀ ਦਾ ਸਕੂਨ ਲੈਣਾ ਵਾ, ਕੋਈ ਪਹਾੜਾਂ 'ਚ ਜਾਂਦਾ, ਕੋਈ ਰੱਬ ਦੇ ਘਰ ਜਾਂਦਾ, ਕੋਈ ਗੁਰੂ ਘਰ ਜਾਂਦਾ, ਅਤੇ ਇੱਕ ਵਾਰ ਗੁਰੂ ਰਾਮਦਾਸ ਦੀ ਨਗਰੀ ਦੇ ਵਿੱਚ ਅਲਫਾ ਵਨ ਮੋਲ ਦੇ ਵਿੱਚ ਇਹ ਮਿੱਟੀ ਕੈਫੇ ਆ, ਇਹਨਾਂ ਬੱਚਿਆਂ ਨੂੰ ਮਿਲ ਕੇ ਜਾਓ, ਤੁਹਾਨੂੰ ਪਤਾ ਲੱਗੇ ਕਿ ਜ਼ਿੰਦਗੀ ਦਾ ਅਸਲ ਸਕੂਨ ਕੀ ਹੁੰਦਾ। ਕੋਈ ਚੰਗਾ ਕੰਮ ਇੱਕ ਕੀਤਾ ਉਹ ਪਰਮਾਤਮਾ ਦੇ ਦੁਆਰ ਤੱਕ ਲੈ ਜਾਂਦਾ, ਅਤੇ ਸਾਨੂੰ ਸਾਰਿਆਂ ਨੂੰ ਇਹਨਾਂ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਆ, ਕਿਉਂਕਿ ਇਹ ਮਿਹਨਤਕਸ਼ ਲੋਕ ਨੇ, ਕੀਰਤੀ ਲੋਕ ਨੇ, ਅਤੇ ਇਹਨਾਂ ਦੀ ਮਿਹਨਤ ਨੂੰ ਵੇਖ ਕੇ ਇੰਨੀ ਖੁਸ਼ੀ ਹੋਈ। ਇੰਨਾ ਸੋਹਣਾ ਇਹ ਇੱਥੇ ਵਰਕ ਕਰਦੇ ਨੇ, ਇੰਨਾ ਸੋਹਣਾ ਇਹ ਬਣਾਉਂਦੇ ਨੇ ਸਾਰਾ ਕੁਛ, ਅਤੇ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ, ਅੰਮ੍ਰਿਤਸਰ ਵਾਸੀਓ ਤੁਸੀਂ ਪੂਰੀ ਦੁਨੀਆ 'ਚ ਜਾਣੇ ਜਾਂਦੇ ਜੇ, ਅਤੇ ਇੱਕ ਵਾਰ ਇੱਥੇ ਜ਼ਰੂਰ ਆਓ, ਵਿਜ਼ਿਟ ਕਰੋ, ਅਤੇ ਤੁਹਾਨੂੰ ਜਿਹੜਾ ਜ਼ਿੰਦਗੀ ਦਾ ਸਕੂਨ ਅਤੇ ਜਿਹੜਾ ਪਿਆਰ ਇੱਥੇ ਆ ਕੇ ਮਿਲੂਗਾ ਨਾ, ਤੁਸੀਂ ਆਪ ਕਹੋਗੇ। ਅਤੇ ਮੈਂ ਜ਼ਿੰਦਗੀ 'ਚ ਕਦੀ ਕਿਹਾ ਨਹੀਂ ਕਿਸੇ ਨੂੰ, ਪਰ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ, ਕਿਉਂਕਿ ਲੋਕਾਂ ਤੱਕ ਪਹੁੰਚ ਸਕੇ। ਸਾਡੇ ਕਈ ਲੋਕਾਂ ਨੂੰ ਪਤਾ ਨਹੀਂ ਆ, ਇਸ ਕਰਕੇ ਇਹ ਮਿੱਟੀ ਕੈਫੇ ਦੇ ਵਿੱਚ ਸਾਰੇ ਆਇਓ ਜਿਹੜੇ ਇਸ ਮੈਨੇਜਮੈਂਟ ਨੂੰ ਚਲਾਉਂਦੇ ਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਉਪਰਾਲਾ ਕੀਤਾ, ਪਰਮਾਤਮਾ ਉਹਨਾਂ ਨੂੰ ਲੰਬੀਆਂ ਉਮਰਾਂ ਬਖਸ਼ੇ। ਇੱਥੇ ਖਾਣ ਪੀਣ ਲਈ ਬੜਾ ਕੁਛ ਆ ਜੀ, ਅਸੀਂ ਬਾਹਰ ਵੀ ਹੋਟਲਾਂ ਰੈਸਟੋਰੈਂਟਾਂ ਦੇ ਵਿੱਚ ਬਹਿ ਕੇ ਇੰਨੇ ਪੈਸੇ ਖਰਚਦੇ ਹਾਂ, ਪਰ ਸਾਨੂੰ ਉਹ ਮਨ ਨੂੰ ਤਸੱਲੀ ਸਕੂਨ ਨਹੀਂ ਮਿਲਦਾ। ਜਿਹੜਾ ਸਕੂਨ ਅਤੇ ਪਿਆਰ ਇੱਥੇ ਮਿਲਦਾ ਵਾ ਉਹ ਕਿਸੇ ਦੁਨੀਆ ਦੇ ਕੋਨੇ 'ਚ ਨਹੀਂ ਮਿਲਦਾ, ਕਿਉਂਕਿ ਪੈਸਾ ਜਿੰਨਾ ਮਰਜ਼ੀ ਹੋਵੇ, ਦੌਲਤ ਸ਼ੋਹਰਤ ਜਿੰਨੀ ਮਰਜ਼ੀ, ਜੋ ਮਰਜ਼ੀ ਹੋਵੇ ਸਾਡੇ ਕੋਲ, ਪਰ ਉਹ ਸਕੂਨ ਅਤੇ ਪਿਆਰ ਨਹੀਂ ਮਿਲਦਾ। ਇੱਥੇ ਤੁਹਾਨੂੰ ਹਰ ਚੀਜ਼ ਦੇ ਵਿੱਚ ਪਿਆਰ ਅਤੇ ਸਕੂਨ ਮਿਲੂਗਾ।